ਸ਼੍ਰੀਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਦਾ ਐਚਐਸ ਫਾਰਮ ਯੂਟਿਊਬ ਚੈਨਲ। ਆਪਾਂ ਯੂਨੀਵਰਸਿਟੀ ਗਏ ਸੀ, ਯੂਨੀਵਰਸਿਟੀ ਨੂੰ ਆਪਾਂ ਦੇ ਪਾਉਣ ਵਾਸਤੇ ਪਲਾਂਟਸ ਲੈ ਕੇ ਆਏ। ਤੁਹਾਨੂੰ ਮੈਂ ਪਲਾਂਟਸ ਦਿਖਾਉਣਾ ਕਿਹੜੇ ਕਿਹੜੇ ਆ। ਇਹ ਦੋਨੇ ਪਲਾਂਟਸ ਨੇ, ਇਹ ਤੁਸੀਂ ਦੇਖ ਸਕਦੇ ਹੋ। ਨਾ ਮੈਨੂੰ ਇਹਨਾਂ ਦੇ ਫਿਲਹਾਲ ਪਤਾ ਨਹੀਂ ਹੈ ਕਿਹੜੇ ਆ, ਜੇ ਸਾਨੂੰ ਪਤਾ ਹੋਊਗਾ ਤਾਂ ਕਮੈਂਟ ਡਾਊਨ ਬਿਲੋ। ਆਪਾਂ ਯੂਨੀਵਰਸਿਟੀ ਉਹ 4 ਪੀਸ ਲੈ ਕੇ ਆਏ ਪਲਾਂਟਸ ਦੇ, 2 ਪੀਸ ਪਲਾਂਟਸ ਦੇ ਜਿਵੇਂ ਕਿ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ। ਆਪਾਂ ਅੱਜ ਸਪੰਜ ਵਿੱਚ ਲਾਤੇ, ਤੁਸੀਂ ਦੇਖ ਸਕਦੇ ਹੋ ਫਿਸ਼ ਬੇਸਡ ਵੀ ਆ ਇਹਦੇ ਵਿੱਚ। ਆਪਾਂ ਦੋਨੇ ਆਹ ਸਪੰਜ ਵਿੱਚ ਫਸਾ ਚੁੱਕੇ ਹਾਂ, ਅਤੇ ਆਪਾਂ ਜਿਹੜੇ ਇਹ ਬਚੇ ਹੋਏ 2 ਪੀਸ ਆ, ਇਹਨੂੰ ਦੋਨਾਂ ਨੂੰ ਆਪਾਂ ਉਹ ਜਿਹੜਾ ਕਰੇਟ ਪਿਆ ਵਾ, ਆਪਾਂ ਕਰੇਟ ਦੇ ਵਿੱਚ ਲਾਵਾਂਗੇ, ਪੂਰਾ ਬਾਇਓ ਖਾਦ ਵਿੱਚ ਪਾ ਕੇ ਆਪਾਂ ਦੇਖਦੇ ਹਾਂ ਕਿਹਦੀ ਗਰੋਥ ਬੈਸਟ ਹੁੰਦੀ ਆ। ਚਲੋ ਆਇਓ, ਆਪਾਂ ਉਹਦੇ ਬਾਇਓ ਖਾਦ ਲੈਣ ਆ ਚੁੱਕੇ ਹਾਂ। ਆਪਣੇ ਇੱਥੇ ਰੇਹ ਹੁੰਦਾ ਵਾ ਸਾਰਾ, ਤੁਸੀਂ ਬਾਇਓ ਖਾਦ ਦੇਖ ਸਕਦੇ ਹੋ। ਤੁਸੀਂ ਕਲੋਜ਼ ਆ ਜੀ ਕੋਈ ਨਰਸਰੀ ਤੋਂ ਵੀ ਲੈ ਸਕਦੇ ਹੋ, ਬਸ ਇੱਧਰ ਪਾ ਦੇ ਹੁਣ ਬਾਇਓ ਖਾਦ। ਜਿਵੇਂ ਤੁਸੀਂ ਦੇਖ ਸਕਦੇ ਆਪਾਂ ਕਰੇਟ ਵਿੱਚ ਪਾ ਚੁੱਕੇ ਹਾਂ, ਹੁਣ ਦੇ ਵਿੱਚ ਆਪਾਂ ਮਿੱਟੀ ਰਲਾਵਾਂਗੇ, ਕੋਈ ਵੀ ਮਿੱਟੀ ਲੈ ਸਕਦੇ ਮਰਡ। ਹੁਣ ਇਹਨੂੰ ਮਿਕਸ ਜਿਹਾ ਕਰ ਲਾ, ਹੁਣ ਆਪਾਂ ਮਿਕਸ ਆਹ ਹੱਥਾਂ ਨਾਲ ਮਿਕਸ ਕਰ ਲਾਂਗੇ ਇਹਨੂੰ, ਕਿ ਮਿੱਟੀ ਅਤੇ ਆਪਣੀ ਜਿਹੜੀ ਬਾਇਓ ਖਾਦ ਆ ਉਹ ਚੰਗੀ ਤਰ੍ਹਾਂ ਨਾਲ ਮਿੱਟੀ ਵਿੱਚ ਰਲ ਜਾਵੇ। ਇਹ ਦੇਖੋ ਆਪਾਂ ਨੂੰ ਕੀ ਕੀੜਾ ਮਿਲਿਆ ਮਿੱਟੀ ਵਿੱਚੋਂ, ਸਾਨੂੰ ਇਹਦਾ ਪਤਾ ਨਾਮ ਕਮੈਂਟਾਂ 'ਚ ਦੱਸੋ ਜ਼ਰੂਰ। ਦੇਖ ਸਕਦੇ ਹੋ ਕਿਹੋ ਜਿਹਾ ਕੀੜਾ ਵਾ, ਵੱਡਾ ਸੀਗਾ ਵੱਡਿਆ ਗਿਆ। ਹੁਣ ਆਪਾਂ ਇਹਦੀ ਮਿੱਟੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਚੁੱਕੇ ਹਾਂ, ਹੁਣ ਚਲੋ ਆਪਾਂ ਇਹਦੇ ਵਿੱਚ ਪਲਾਂਟਸ ਲਾਉਂਦੇ ਹਾਂ। ਚਲੋ ਆਜੋ, ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਬੇਸ ਨੂੰ ਸਟੇਬਲ ਕਰ ਚੁੱਕੇ ਹਾਂ, ਹੁਣ ਆਪਾਂ ਇਹਦੇ ਥੋੜ੍ਹਾ ਪਾਣੀ ਛਿੜਕਾਂਗੇ। ਪਹਿਲਾਂ ਪਾਣੀ ਪਾ, ਪਾਣੀ 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 ਚੰਗੀ ਤਰ੍ਹਾਂ ਕਿ ਜੰਮ ਜੇ ਜਾਵੇ ਥੱਲੇ ਬਣਗਾ। ਆਪਾਂ ਵਾਟਰ ਪਾ ਕੇ ਇਹਨੂੰ ਆਪਾਂ ਆਪਦੇ ਸੈਂਡ ਨੂੰ ਥੱਲੇ ਵਾਲੇ ਨੂੰ ਪੂਰੀ ਤਰ੍ਹਾਂ ਸਟੇਬਲ ਕਰ ਲਾਂਗੇ। ਹੁਣ ਆਪਾਂ ਇਦੋਂ ਬਾਅਦ ਆਪਾਂ ਕੋਈ ਵੀ ਰਿਵਰ ਸੈਂਡ ਹੋ ਗਿਆ ਜਾਂ ਰੇਤ ਹੋ ਗਈ, ਆਪਾਂ ਇਹਦੇ ਉੱਤੇ ਪਾਵਾਂਗੇ ਕਿ ਆਪਣੀ ਮਰਡ ਵਾਟਰ ਵਿੱਚ ਮਿਕਸ ਨਾ ਹੋਵੇ। ਹੁਣ ਆਪਾਂ ਇਹਦੇ ਉੱਤੇ ਰਿਵਰ ਸੈਂਡ ਜਾਂ ਰੇਤ ਪਾਵਾਂਗੇ। ਹੁਣ ਤੁਸੀਂ ਦੇਖ ਸਕਦੇ ਹੋ ਆਪਾਂ ਰਿਵਰ ਸੈਂਡ ਆਪਾਂ ਇਹਦੇ ਬੇਸ ਵਿੱਚ ਪਾ ਚੁੱਕੇ ਹਾਂ, ਹੁਣ ਆਪਾਂ ਇਹਦੇ ਵਿੱਚ ਪਲਾਂਟੇਸ਼ਨ ਕਰਾਂਗੇ ਅਤੇ ਵਾਟਰ ਫਿਲ ਕਰਾਂਗੇ। ਇਹ ਤੁਸੀਂ ਦੇਖ ਸਕਦੇ ਆਪਾਂ ਪਲਾਂਟਸ ਦੋਨੇ ਲੈ ਆਏ ਹਾਂ, ਇੱਕ ਸੀਜ਼ਰ ਤੁਹਾਨੂੰ ਜ਼ਰੂਰਤ ਹੋਊਗੀ। ਜੋ ਵੀ ਆਪਣੇ ਪਲਾਂਟਸ ਹੋਣਗੇ ਆਪਾਂ ਪਲਾਂਟਸ ਨੂੰ ਥੋੜ੍ਹਾ ਜਿਹਾ ਵਰਟੀਕਲੀ ਮਤਲਬ ਕਿ 90 ਡਿਗਰੀ 'ਤੇ ਆਪਾਂ ਥੋੜ੍ਹਾ ਜਿਹਾ ਇਹਨੂੰ ਕੱਟ ਦੇਵਾਂਗੇ ਤਿਰਸਮਾ। ਤੁਸੀਂ ਦੇਖ ਸਕਦੇ ਜਮਾਂ ਟੇਢਾ ਕੱਟ ਦਿੱਤਾ, ਆਪਾਂ ਇਸ ਤਰ੍ਹਾਂ ਨਹੀਂ ਕੱਟ ਦੇਣਾ, ਜਮਾਂ 90 ਡਿਗਰੀ ਐਂਗਲ 'ਤੇ ਟੇਢਾ ਕੱਟ ਦੇਣਾ ਆਪਾਂ। ਹੁਣ ਆਪਾਂ ਇਹਨੂੰ ਆਪਦੇ ਪਲਾਂਟ ਨੂੰ ਆਪਾਂ ਇਹਦੇ ਵਿੱਚ ਲਾਉਂਦੇ ਹਾਂ, ਲਾਉਣਾ ਕਿਵੇਂ ਆ ਉਹ ਵੀ ਦੇਖ ਲਓ। ਆਜੋ, ਕੋਈ ਵੀ ਚੀਜ਼ ਨਾਲ ਇਸ ਤਰ੍ਹਾਂ ਪਕੜ ਕੇ ਤੁਸੀਂ ਰਹਿਣ ਦੇ, ਥੋੜ੍ਹਾ ਜਿਹਾ ਸ਼ਾਰਪ ਜ਼ਿਆਦਾ ਆਪਣਾ ਪਲਾਂਟ ਟੁੱਟਣਾ, ਕੋਈ ਫਿੰਗਰ ਨਾਲ ਹੀ ਤੁਸੀਂ ਇਹਦੇ ਵਿੱਚ ਡਿਪ ਕਰ ਦਿਓ। ਫਸਟ ਪਲਾਂਟ ਆਪਣਾ ਵਧੀਆ ਤਰੀਕੇ ਨਾਲ ਲੱਗ ਚੁੱਕਾ, ਹੁਣ ਆਪਾਂ ਇਸੇ ਤਰ੍ਹਾਂ ਆਪਾਂ ਦੂਜਾ ਪਲਾਂਟ ਵੀ ਲਾਵਾਂਗੇ, ਇਹਨੂੰ ਵੀ ਆਪਾਂ 90 ਡਿਗਰੀ ਐਂਗਲ 'ਤੇ ਥੋੜ੍ਹਾ ਜਿਹਾ ਕੱਟ ਦੇਵਾਂਗੇ। ਵਾਟਰ ਪਲਾਂਟ ਨੂੰ ਚਾਹੇ ਦੂਜੇ ਪਲਾਂਟ 'ਚ ਤੁਸੀਂ ਕੋਈ ਵੀ ਟਾਹਣੀ ਲਾਉਣੀ ਰੂਟ ਲਾਉਣੀ ਉਹਦੀ, ਤਾਂ ਇਸੇ ਤਰ੍ਹਾਂ ਨੂੰ 90 ਡਿਗਰੀ ਐਂਗਲ 'ਤੇ ਕੱਟ ਦੇਣਾ, ਇਸ ਤਰ੍ਹਾਂ ਨਹੀਂ ਕੱਟਣਾ, ਥੋੜ੍ਹਾ 90 ਡਿਗਰੀ ਐਂਗਲ 'ਤੇ ਰੱਖ ਕੇ ਆਪਾਂ ਕੱਟ ਦੇਣਾ, ਇਹਨੇ ਆਪਾਂ ਇਸੇ ਤਰ੍ਹਾਂ ਦੇ ਵਿੱਚ ਲਾ ਦਾਂਗੇ। ਪਲਾਂਟੇਸ਼ਨ ਇਹਦੇ ਵਿੱਚ ਆਪਾਂ ਕਰ ਚੁੱਕੇ ਹਾਂ, ਹੁਣ ਆਪਾਂ ਇਹਦੇ ਵਿੱਚ ਵਾਟਰ ਫਿਲ ਕਰਾਂਗੇ। ਵਾਟਰ ਆਪਾਂ ਉਸ ਤਰ੍ਹਾਂ ਫਿਲ ਕਰਨਾ ਕਿ ਇਹ ਆਪਣੀ ਸੈਂਡ ਨਾ ਮਿਕਸ ਹੋਵੇ, ਕੋਈ ਵੀ ਤੁਸੀਂ ਕੌਲੀ ਲੈ ਲਓ ਜਾਂ ਕੋਈ ਵੀ ਕੰਟੇਨਰ ਲੈ ਲਓ, ਆਪਾਂ ਕੋਈ ਵੀ ਮੱਗ ਲੈ ਲੈਣਾ ਵਾ, ਉਹਨਾਂ ਨਾਲ ਹੌਲੀ ਧੀਰੇ ਧੀਰੇ ਆਪਾਂ ਜਮਾਂ ਸਲੋਲੀ ਹੌਲੀ ਇਹਦੇ ਵਿੱਚ ਆਪਾਂ ਵਾਟਰ ਫਿਲ ਕਰਾਂਗੇ। ਹੁਣ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ ਪਲਾਂਟੇਸ਼ਨ ਆਪਾਂ ਇਹਦੇ ਵਿੱਚ ਕਰ ਚੁੱਕੇ ਹਾਂ, ਜੇ ਹੁਣ ਫਿਲਹਾਲ ਤਾਂ ਮੈਂ ਇਹਨੂੰ ਇਸ ਤਰ੍ਹਾਂ ਹੀ ਛੱਡੂੰਗਾ। ਆਪਾਂ ਕੱਲ੍ਹ ਨੂੰ ਜੇ ਧੁੱਪ ਇਹਨੂੰ ਜ਼ਿਆਦਾ ਲੱਗੂਗੀ, ਆਪਾਂ ਲੱਗੂਗਾ, ਆਪਾਂ ਇੱਟਾਂ ਖੜੇਗਾ ਕਰਕੇ ਇਹਦੇ ਉੱਤੇ ਆਪਾਂ ਗ੍ਰੀਨ ਨੈੱਟ ਦੇ ਦਾਂਗੇ। ਗ੍ਰੀਨ ਨੈੱਟ ਮੈਂ ਕੱਲ੍ਹ ਨੂੰ ਤੁਹਾਨੂੰ ਇੱਕ ਸ਼ੋਰਟ ਵੀਡੀਓ ਤੁਹਾਨੂੰ ਬਣਾ ਕੇ ਦਿਖਾ ਦੂੰਗਾ, ਹੁਣ ਮੈਂ ਤੁਹਾਨੂੰ ਆਪਣਾ ਮੇਨ ਟੈਂਕ ਦਿਖਾਉਂਦਾ ਵਾਂ। ਜਿਹੜੇ ਆਪਾਂ ਸੈਕਿੰਡ ਪਲਾਂਟਸ ਲਿਆਏ ਸੀਗੇ, ਸੈਕਿੰਡ ਪਲਾਂਟ ਤੁਸੀਂ ਦੇਖ ਸਕਦੇ ਹੋ ਆਪਾਂ ਦੋਨੇ ਆਹ ਪਲਾਂਟਸ ਆਹ ਜਿਹੜੀ ਸਪੰਜ ਆ ਆਪਣੀ ਸਪੰਜ ਵਿੱਚ ਦੇ ਚੁੱਕੇ ਹਾਂ। ਇੱਕ ਇੱਧਰ ਪ੍ਰੈਸ ਕਰਕੇ ਨੱਪਤਾ ਆਪਾਂ ਇੱਕ ਇੱਧਰ ਨੱਪਤਾ। ਇਹ ਬੋਬੀ ਆਹ ਮੋਲੀਫਿਸ਼ ਦਾ ਤੁਸੀਂ ਬੇਬੀਸ ਵੀ ਦੇਖ ਸਕਦੇ ਹੋ, ਬਹੁਤ ਜ਼ਿਆਦਾ ਮੋਲੀਫਿਸ਼ ਦੇ ਬੇਬੀਸ ਹੋ ਚੁੱਕੇ ਆਪਣੇ ਕੋਲ, ਇਹਨਾਂ ਨੂੰ ਵੀ ਹੁਣ ਆਪਾਂ ਸੈਪਰੇਟ ਕਰਾਂਗੇ। ਆਪਣਾ ਤੁਸੀਂ ਪੌਂਡ ਵੀ ਦੇਖ ਸਕਦੇ ਹੋ ਸਾਰਾ, ਇਹਨੂੰ ਆਪਾਂ ਹੁਣ ਪੂਰੀ ਤਰ੍ਹਾਂ ਪਲਾਂਟੇਸ਼ਨ ਕਰਕੇ ਪੂਰਾ ਵਧੀਆ ਇਹਨੂੰ ਆਪਾਂ ਮੋਲੀਫਿਸ਼ ਬ੍ਰੀਡਿੰਗ ਪੌਂਡ ਬਣਾਵਾਂਗੇ। ਜਿਹੜੀਆਂ ਆਪਣੀਆਂ ਵੱਡੀਆਂ ਫਿਸ਼ ਹੋਣਗੇ ਉਹਨਾਂ ਨੂੰ ਆਪਾਂ ਅੱਡ ਸੈਪਰੇਟ ਹੁਣ ਉਹ ਵੱਡੇ ਪੌਂਡ ਵਿੱਚ ਸ਼ਿਫਟ ਕਰਾਂਗੇ, ਉਹਦਾ ਵੀ ਫਿਲਟਰਿੰਗ ਸਿਸਟਮ ਮੈਂ ਸਹੀ ਕਰਦਾ ਵਾਂ। ਤੁਸੀਂ ਵਧੀਆ ਤਰੀਕੇ ਨਾਲ ਪਲਾਂਟਸ ਗਰੋ ਕਰਨਾ ਚਾਹੁੰਦੇ ਹੋ, ਤੁਸੀਂ ਇਹ ਟੈਕਨੀਕ ਯੂਜ਼ ਕਰ ਸਕਦੇ ਹੋ। ਬਾਕੀ ਆਪਾਂ ਇਹਦਾ ਰਿਜ਼ਲਟ ਦੇਖਾਂਗੇ ਆਉਣ ਵਾਲੇ ਦਿਨਾਂ ਵਿੱਚ, ਇਹਦਾ ਰਿਜ਼ਲਟ ਕਿਹੋ ਵਾ। ਚਲੋ, ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਰਨਾ ਨਾ ਭੁੱਲੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਹੋਰ ਆਉਣ ਵਾਲੀਆਂ ਵੀਡੀਓਜ਼ ਦੇ ਅਪਡੇਟ ਲਈ। ਆਪਾਂ ਮਿਲਦੇ ਹਾਂ, ਬਾਏ।